ਪੰਜਾਬ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਵੱਲੋਂ ਰਿਵਾਜ ਬਣਾ ਲਿੱਤਾ ਗਿਆ ਹੈ ਧਰਨੇ ਦੇਣ ਦਾ। ਜੋ ਧਰਨੇ ਦੇਣੇ ਹਨ ਤਾਂ ਵਿਧਾਇਕਾਂ ਜਾਂ ਮੰਤਰੀਆਂ ਦੇ ਘਰਾਂ ਦੇ ਬਾਹਰ ਦਿੱਤਾ ਜਾਵੇ। ਆਮ ਜਨਤਾ ਨੂੰ ਧਰਨੇ ਲਗਾ ਕੇ ਤੰਗ ਪਰੇਸ਼ਾਨ ਨਾ ਕਰਨ। ਮੁੱਖ ਮੰਤਰੀ ਦੇ ਇਸ ਬਿਆਨ ਤੇ ਬੋਲਦੇ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਾਨੂੰ ਚੱਕਾ ਜਾਮ ਕਰਨ ਦਾ ਕੋਈ ਸ਼ੌਕ ਨਹੀਂ ਹੈ, ਸਗੋਂ ਸਾਡੀ ਮਜਬੂਰੀ ਹੈ। ਉਹਨਾਂ ਨੇ ਕਿਹਾ ਕਿ ਜੋ ਮੁੱਖ ਮੰਤਰੀ ਅੱਜ ਕਹਿ ਰਿਹਾ ਹੈ ਕਿ ਕਿਸਾਨਾਂ ਨੇ ਸ਼ੌਕ ਹੀ ਬਣਾ ਲਿਆ ਹੈ, ਉਹ ਯਾਦ ਕਰਨ ਕਿਸਾਨਾਂ ਦੇ ਨਾਲ ਜੋ 3 ਮੀਟਿੰਗਾਂ ਹੋ ਚੁੱਕੀਆਂ ਸੀਆਂ, ਜਿਸ ਦਾ ਰਿਕਾਰਡ ਵੀ ਹੈ ਅਤੇ ਉਹ ਵੀ ਉੱਥੇ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਜ਼ੁਬਾਨ ਵਿੱਚੋਂ ਨਿਕਲੇ ਇਹ ਸ਼ਬਦ ਸ਼ੋਭਾ ਨਹੀਂ ਦਿੰਦੇ। ਜੋ ਕਿਸਾਨ ਸੜਕਾਂ ਉੱਤੇ ਬੈਠੇ ਹਨ ਆਪਣੀ ਮੰਗਾਂ ਨੂੰ ਲੈ ਕੇ, ਉਹਨਾਂ ਦੇ ਲਈ ਅਜਿਹਾ ਬੋਲਣਾ ਬਿਲਕੁਲ ਠੀਕ ਨਹੀਂ ਹੈ। ਪੰਜਾਬ ਦੇ ਵਿੱਚ 92 MLA ਜਿਤਾ ਕੇ ਵਿਧਾਨ ਸਭਾ ਅਸੀਂ ਭੇਜੇ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਜ਼ਿੰਮੇਦਾਰੀ ਹੈ, MLA ਦੀ ਜ਼ਿੰਮੇਦਾਰੀ ਹੈ। ਅਤੇ ਕਦੇ ਤੁਸੀਂ ਕਹਿੰਦੇ ਹੋ ਕਿ ਸੜਕਾਂ ਉੱਤੇ ਕਿਉਂ ਬੈਠਦੇ ਨੇ, ਤੁਸੀਂ ਚੰਡੀਗੜ੍ਹ ਹੀ ਰਹਿੰਦੇ ਹੋ, ਸਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਦੇ ਲਈ ਕੰਮ ਕਰਨਾ। ਕਿਸਾਨਾਂ ਵੱਲੋਂ ਇਹ ਰਾਸਤਾ ਇਸ ਕਰਕੇ ਚੁਣਿਆ ਗਿਆ ਕਿਉਂਕਿ ਉਹਨਾਂ ਦੀ ਮੀਟਿੰਗਾਂ ਹੋਣ ਤੋਂ ਬਾਵਜੂਦ ਉਹਨਾਂ ਦੀ ਮੰਗਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਲੇਕਿਨ ਕਿਉਂਕਿ ਲੋਕ ਵੀ ਸਮਝਦੇ ਨੇ ਕਿ ਜੋ ਸਰਕਾਰ ਨੇ ਮੰਗਾਂ ਮੰਨੀਆਂ ਸਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਗੇ ਇਲੈਕਸ਼ਨ ਆ ਰਹੇ ਹਨ, ਪਿੰਡਾਂ ਵਿੱਚ ਇਹੀ ਲੋਕ ਜਵਾਬ ਮੰਗਣਗੇ, ਤੇ ਉਹਨਾਂ ਮੁੱਖ ਮੰਤਰੀ ਦੇ ਬਿਆਨ ਦੀ ਨਿੰਦਾ ਵੀ ਕੀਤੀ। ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਆਈ ਹੈ ਪੰਜਾਬ 'ਚ, ਵਿਧਾਨ ਸਭਾ ਦੇ ਵਿੱਚ ਵੀ ਅਸੀਂ ਲਾਈਵ ਸੈਸ਼ਨ ਜਿਹੜਾ ਚੱਲਦਾ ਹੈ ਤਾਂ ਕਿ ਪੱਤਰਕਾਰਾਂ ਨੂੰ ਕਿਸੇ ਸੋਰਸ ਤੋਂ ਜਾਂ ਕਿਤੋਂ ਇੱਧਰੋਂ ਉੱਧਰੋਂ ਇਹ ਨਾ ਪੁੱਛਣਾ ਪਵੇ ਅੱਜ ਵਿਧਾਨ ਸਭਾ 'ਚ ਕੀ ਹੋਇਆ, ਕਿਹਨੇ ਕੀ ਬੋਲਿਆ, ਉਹ ਸਭ ਕੁਛ ਤੁਸੀਂ ਲਾਈਵ ਦੇਖਦੇ ਹੋ। ਨੋਟ ਓਨਲੀ ਪੱਤਰਕਾਰ, ਸਾਰੀ ਦੁਨੀਆ 'ਚ ਪੰਜਾਬੀ ਬੈਠੇ ਨੇ, ਉਹ ਵਿਧਾਨ ਸਭਾ ਦੀ ਕਾਰਵਾਈ ਨੂੰ ਦੇਖਦੇ ਨੇ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਉੱਥੇ ਕੀ ਕਰ ਰਹੇ ਨੇ, ਕਿਹੜੇ ਮੁੱਦੇ ਉਠਾ ਰਹੇ ਨੇ, ਜਨਹਿਤ ਦੇ ਮੁੱਦੇ ਉਠਾ ਰਹੇ ਨੇ ਜਾਂ ਨਹੀਂ, ਜਾਂ ਕੋਈ ਫਿਰ ਟਾਈਮ ਖਰਾਬ ਕਰ ਰਹੇ ਨੇ ਜਾਂ ਕੋਈ ਸ਼ੋਰ ਸ਼ਰਾਬਾ ਹੋ ਰਿਹਾ, ਉਹ ਸਭ ਲੋਕਾਂ ਦੇ ਸਾਹਮਣੇ ਜਾਂਦਾ ਤਾਂ ਕਿ ਲੋਕਾਂ ਨੂੰ ਆਪਣੇ ਪ੍ਰਤੀਨਿਧ ਨੂੰ ਪੁੱਛਣ ਦਾ ਮੌਕਾ ਮਿਲੇ ਕਿ ਸਾਡੇ ਨਾਲ ਜਿਹੜੇ ਵਾਅਦੇ ਹੋਏ ਸੀ ਉਹਨਾਂ ਦਾ ਕੀ ਬਣੇ। ਅੱਜ ਦੀ ਕੈਬਨਿਟ ਦੇ ਵਿੱਚ ਗੰਨੇ ਦਾ ਨੋਟੀਫਿਕੇਸ਼ਨ ਜਿਹੜਾ ਗੰਨੇ ਦੀ ਫਸਲ ਦਾ ਉਹ ਅਪਰੂਵ ਹੋਇਆ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀਗਾ 305 ਰੁਪਈਏ ਸਰਕਾਰ ਦੇ ਰਹੀ ਹੈ ਸੈਂਟਰ ਦੀ ਪਰ ਕੁਇੰਟਲ, ਅਤੇ 50 ਰੁਪਈਏ ਪੰਜਾਬ ਗੌਰਮੈਂਟ ਪਾ ਰਹੀ ਹੈ ਉਹ 'ਚ, ਅਤੇ 25 ਰੁਪਈਏ ਸ਼ੂਗਰ ਮਿਲਸ ਪਾ ਰਹੀ ਹੈ। 380 ਰੁਪਈਏ ਪਰ ਕੁਇੰਟਲ ਦਾ ਭਾਅ ਜਿਹੜਾ ਉਹ ਆਉਣ ਵਾਲੀ ਫਸਲ ਦਾ ਕਿਸਾਨਾਂ ਨੂੰ ਮਿਲੂਗਾ, ਜੋ ਕਿ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਭਾਅ ਹੈ। ਇਤਿਹਾਸਿਕ ਗੱਲ ਇਹ ਵੀ ਹੈ ਕਿ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਗੌਰਮੈਂਟ ਨੇ ਗੰਨੇ ਵਾਲਿਆਂ ਦਾ ਕੋਈ ਜਿਹੜਾ ਪੈਸਾ ਨਹੀਂ ਦੇਣਾ। ਅਸੀਂ ਸਾਰੀ ਆਪਣੀ ਜਿਹੜੀ ਪੇਮੈਂਟ ਹੈ ਉਹ ਕਲੀਅਰ ਕਰ ਚੁੱਕੇ ਹਾਂ, ਕਿਸਾਨ ਯੂਨੀਅਨ ਨਾਲ ਮੀਟਿੰਗਾਂ ਵੀ ਹੋਈਆਂ ਸੀ। ਬਹੁਤ ਸਾਰੀਆਂ ਮਿੱਲਾਂ ਦੇ ਵੀ ਪੈਸੇ ਕਲੀਅਰ ਹੋ ਰਹੇ ਨੇ, ਅਸੀਂ ਉਹਨਾਂ ਨੂੰ ਮਿੱਲਾਂ ਵਾਲਿਆਂ ਨੂੰ ਵੀ ਅਲੱਗ ਬਿਠਾ ਕੇ ਗੱਲ ਕੀਤੀ ਹੈ, ਕਿਉਂਕਿ ਗੰਨੇ ਦੀ ਫਸਲ ਇਹ ਉਹ ਫਸਲ ਹੈ ਜਿਹੜੀ ਇੱਕ ਸਾਲ 'ਚ ਇੱਕੋ ਹੀ ਫਸਲ ਹੁੰਦੀ ਹੈ। ਸੋ ਇਹਦਾ ਮਤਲਬ ਜੇ ਨਹੀਂ ਪੇਮੈਂਟ ਮਿਲੂਗੀ ਟਾਈਮ 'ਤੇ ਤਾਂ ਸਮਝ ਲਓ ਸਾਲ ਉਹ ਜ਼ਮੀਨ ਦਾ ਜਿਹੜਾ ਨੁਕਸਾਨ ਹੋ ਜਾਂਦਾ ਕਿ ਵਿਹਲੀ ਹੋ ਰਹਿ ਗਈ, ਸਮਝ ਲਓ ਜੇ ਪੇਮੈਂਟ ਨਹੀਂ ਮਿਲੀ। 20 ਤਰੀਕ ਤੋਂ ਗੰਨਾ ਮੇਲਾ ਸ਼ੁਰੂ ਹੋ ਜਾਣਗੀ ਅਤੇ ਜਿਹੜੀ ਇਸ ਵਾਰ ਦੀ ਪੇਮੈਂਟ ਹੈ ਗੰਨਾ ਮੇਲਾ ਨਾਲ ਗੱਲ ਹੋਈ ਹੈ ਉਹ ਰੂਲ ਮੁਤਾਬਕ, ਵੈਸੇ 14 ਦਿਨ ਦਾ ਰੂਲ ਹੈ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਐਜ਼ ਅਰਲੀ ਐਜ਼ ਪੋਸੀਬਲ ਉਹ ਜਿਹੜੀ ਪੇਮੈਂਟ ਹੈ ਜਿਹੜੀ ਉਹਨਾਂ ਦੇ ਖਾਤਿਆਂ 'ਚ ਪੈਣੀ ਚਾਹੀਦੀ ਹੈ। ਸੰਘਰਸ਼ ਇਸ ਤੋਂ ਵੀ ਵੱਧ ਜਿਹੜਾ ਉਹ ਤਿੱਖਾ ਕਰਨਾ ਪਵੇਗਾ, ਕਿਉਂਕਿ ਸਰਕਾਰ ਦੀ ਜਿਹੜੀ ਇਹ ਵਾਅਦਾ ਖਿਲਾਫੀ ਕੀਤੀ ਹੈ ਇਹਦੇ ਪਿੱਛੇ ਜਿਹੜੀ ਇਹਨਾਂ ਦੀ ਨੀਅਤ ਹੈ ਉਹ ਖਰਾਬ ਹੈ, ਕਿਉਂਕਿ ਇਹਨਾਂ ਨੇ ਜਿਹੜੀਆਂ ਮੰਗਾਂ ਪ੍ਰਵਾਨ ਕੀਤੀਆਂ ਸਾਡੇ ਨਾਲ ਮੀਟਿੰਗਾਂ 'ਚ ਬੈਠ ਕੇ ਮੰਨੀਆਂ, ਉਹ ਮੰਗਾਂ ਜਿਹੜੀਆਂ ਨੇ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ, ਲਾਗੂ ਨਹੀਂ ਕੀਤੀਆਂ, ਅਤੇ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਇਹ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਨੂੰ ਪਰੇਸ਼ਾਨ ਕਰੋ।
ते परेशान करके ते लोग जड़े ने इन्हां तों दुखी होणगे ते लोग इन्हां तों टुटणगे जिस करके सरकार की एक गलत पॉलिसी है जिस करके ये साड़ियां मगां नहीं मनियां ते सानू ये संघर्ष जड़ा होर तेज़ करना। मैं गुरमेल सिंह त्रियाल ब्लाक प्रधान मजीठा। प्रधान जी की कहना चाहोगे जड़ा भगवंत मान दा बयान है कि ये जथेबंदियां पैसे इकट्ठे करने वास्ते बैठे। असीं भगवंत मान नूं दस देना चाहुंदे आ मीडिया ते बह के एसियां वाले कमरियां च बह के गल्लां नहीं चलदियां, इत्थे लोकां दे पब्लिक दे विच आण के बह के गलबात करो। इत्थे आण के जिहड़ा शांतमई ढंग दे नाल धरना चल रहा सी, असीं लोकां नूं राहत दित्ती सी, इत्थों नहीं किसे पासे जिहड़ी नहीं जिहड़ी पब्लिक को नहीं जाया जांदा, रास्ते सारे बंद हो जांदे आ। असीं शांतमई नाल चल रहे सी, इह जिहड़े भगवंत मान दे बयान है जाण बुझ के पब्लिक नूं तंग करना चाहुंदे आ। ये भगवंत मान सरकार नूं दस देना चाहुंदे आ हाईवे कर दिता ठप्प, ये तो बड़ा होना ही हाईवे नहीं खोलांगे जिन्ने चिर साडियां पंजाब दियां मंगां नहीं मानदी सरकार। जिम्मेवार भगवंत मान सरकार होगी, आम पार्टी सरकार होगी, मुकम्मल तौर से बंद की गई है, उन्ने चिर नहीं खुलूगी जिन्ने चिर साडियां पंजाब दियां मंगां नहीं मनियां जांदियां। साडी 2 बजे मनसूबा मीटिंग भी हो रही है, इस तों वड्डा संघर्ष भी जिहड़ा लीकिया जाऊगा।